ਸਾਰੀਆਂ ਸੰਗਤਾਂ ਗੁਰੂ ਕਾ ਲੰਗਰ ਛਕ ਕੇ ਜਾ ਚੁੱਕੀਆਂ ਹਨ। ਇਹ ਦੋ ਭੈਣਾਂ ਤੇ ਵੀਰ ਜੀ ਲੰਗਰ ਛਕ ਰਹੇ ਨੇ ਤੇ ਇੱਕ ਵੀਰ ਜੀ ਹੁਣ ਆਏ ਨੇ ਤੇ ਬੀਕੇ ਸਾਹਿਬ ਹੁਣ ਤੱਕ ਸੇਵਾ ਚ ਲੱਗੇ ਨੇ, ਅਣਥਕ ਵਰਕਰ ਨੇ ਤੇ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ। ਵੀਰ ਜੀ ਸੇਵਾ ਲੱਗੇ ਹੋਏ ਨੇ ਤੇ ਦਾਸ ਲੰਗਰ ਛਕਣ ਲੱਗਾ। ਇਹ 'ਚ ਹਲਵਾ ਵੀ ਹੈ, ਦਾਲ ਵੀ ਹੈ ਤੇ ਚਾਰ ਸਲਾਦ ਫਤਿਹ ਹੋ ਗਿਆ ਤੇ ਕੜੀ ਪਕੌੜਾ ਬਣਿਆ ਸੀ ਉਹ ਵੀ ਫਤਿਹ ਹੋ ਗਿਆ, ਚਾਵਲ ਸਨ ਉਹ ਵੀ ਫਤਿਹ ਹੋ ਗਏ। ਧੰਨ ਗੁਰੂ ਰਾਮਦਾਸ ਦੇਖੋ, ਇਹ ਸਰਦਾਰ ਜੀ ਹਮੇਸ਼ਾ ਅਖੀਰ 'ਤੇ ਆਉਂਦੇ ਨੇ। ਜਿਵੇਂ ਇੱਥੇ ਕੋਈ ਢਾਬਾ ਖੁੱਲ੍ਹਿਆ ਅਤੇ ਰਾਤੀ 12 ਵਜੇ ਤੱਕ ਲੱਗਾ ਰਹਿੰਦਾ, ਮੈਂ ਕਦੇ ਟਾਈਮ ਸਿਰ ਨਹੀਂ ਆਉਣਾ ਅਤੇ ਇਹਨਾਂ ਦੀਆਂ ਘਰੀਆਂ ਘਰੋਂ ਕੱਢੇ ਹੋਏ ਨੇ। ਬੜਾ ਹੀ ਸਨ ਹਾਲ, ਸਤਿ ਸ਼੍ਰੀ ਅਕਾਲ, ਆਨੰਦ ਹੀ ਆਨੰਦ। ਧੰਨ ਗੁਰੂ ਰਾਮਦਾਸ, ਮੈਂ ਤੁਹਾਨੂੰ ਜ਼ਾਇਕਾ ਦੱਸਾਂਗਾ। ਭਾਈ ਵਾਹ, ਬਹੁਤ ਬਹੁਤ ਸਵਾਦ, ਵਾਹ ਵਾਹ, ਬਹੁਤ ਸਵਾਦ, ਆਨੰਦ ਹੀ ਆਨੰਦ।